पिस्तौल उन्हें एक बार चुकी सी ते पिस्तौल उहदे पक्की पोस्टर च पाती सारी उम्र किताबां चुकियां किताब दिखाउंदी नहीं नाल जे किताब ना होंदी उह फैसला ना लैंदे कि मैं जाके बंब सिटना है मैं जाके उह सिर्फ इस करके गए सी कि मैनूं दुनिया भर दे इनकलाब बारे दुनिया दी नॉलेज है मैनूं भाषा आउंदी है मैनूं अंग्रेजी आउंदी है मैनूं हिंदी आउंदी है मैनूं उर्दू आउंदी है मैं बहस कर सकदा मैं ला दियां किताबां पढ़ियां ने इस करके गए सी जदों फांसी होई फांसी चढ़न तों 10 मिंट पहलां भगत सिंह जी पढ़ रहे सी लैन दी ਜਦੋਂ ਕਹਿੰਦੇ ਭਗਤ ਸਿੰਘ ਚਾਰ ਦਿਨ ਫਾਂਸੀ ਦੇਣੀ ਆ ਉਦੋਂ ਕਿਤਾਬ ਦਾ ਵਰਕਾ ਮੋੜ ਤੇ ਗਏ ਸੀ ਕਿਤਾਬ ਦਾ ਵਰਕਾ ਬੰਦਾ ਕਦੋਂ ਮੋੜਦਾ ਜਦੋਂ ਪੜ੍ਹਨਾ ਹੁੰਦਾ ਬਾਅਦ ਚ ਪਰ ਉਹਦਾ ਪਤਾ ਸੀ ਕਿ ਮੈਂ ਜਾ ਰਿਹਾ ਇੱਕ ਵਾਰ 10 ਮਿੰਟ ਬਾਅਦ ਖਤਮ ਉਹ ਕਿਉਂ ਮੋੜ ਤੇ ਗਏ ਉਹ ਦੋਸਤੋ ਸਾਡੇ ਲਈ ਮੋੜ ਕੇ ਗਏ ਸੀ ਤਾਂ ਕਿ ਅਸੀਂ ਪੜ੍ਹਦੇ ਰਹੀਏ ਅਸੀਂ ਜ਼ਿੰਦਗੀ ਨੂੰ ਸਮਝਦੇ ਰਹੀਏ ਪਰ ਅਸੀਂ ਸਿਰਫ ਉਹਦੀ ਫਾਂਸੀ ਯਾਦ ਰੱਖੀ ਪਿਸਤੌਲ ਯਾਦ ਰੱਖਿਆ ਭਗਤ ਸਿੰਘ ਨੂੰ ਭੁੱਲ ਗਏ ਭਗਤ ਸਿੰਘ ਨੇ ਬਹੁਤ ਲਿਖਿਆ ਮੈਂ ਨਾਸਤਿਕ ਕਿਉਂ ਹਾਂ ਉਹਨਾਂ ਦੀ ਭਗਤ ਸਿੰਘ ਉਹਨਾਂ ਦੇ ਸਾਥੀਆਂ ਦੀਆਂ ਰਚਨਾਵਾਂ ਉਹਨਾਂ ਦੀਆਂ ਚਿੱਠੀਆਂ ਉਹਨਾਂ ਦੀ ਜੇਲ੍ਹ ਡਾਇਰੀ ਬੜਾ ਕੁਝ ਮਿਲਦਾ ਹੈ ਫਿਰ ਤੁਹਾਨੂੰ ਪਤਾ ਲੱਗਦਾ ਵੀ ਅੱਛਾ ਭਗਤ ਸਿੰਘ ਇਹ ਸੀ ਭਗਤ ਸਿੰਘ ਨੂੰ ਕਿਤਾਬ ਤੋਂ ਮਾਈਨਸ ਕਰਕੇ ਨਹੀਂ ਦੇਖ ਸਕਦੇ ਬਹੁਤ ਪੜ੍ਹਦੇ ਸੀ ਬਹੁਤ ਲਿਖਦੇ ਸੀ ਸੋ ਜ਼ਿੰਦਗੀ ਨੂੰ ਤੁਸੀਂ ਇਸ ਤਰ੍ਹਾਂ ਜਿਉਂ ਉਹਨਾਂ ਦੀ ਮੈਂ ਨਾਸਤਿਕ ਕਿਵੇਂ ਪੜ੍ਹੋ ਜੇਲ੍ਹ ਡਾਇਰੀ ਪੜ੍ਹੋ ਉਹਨਾਂ ਦੇ ਦੋਸਤਾਂ ਮਿੱਤਰਾਂ ਦੀਆਂ ਚਿੱਠੀਆਂ ਪੜ੍ਹੋ ਸਾਥੀਆਂ ਦੀਆਂ ਰਚਨਾਵਾਂ ਪੜ੍ਹੋ ਫਿਰ ਤੁਹਾਨੂੰ ਪਤਾ ਲੱਗੇਗਾ ਸੁਖਦੇਵ ਕਿੰਨਾ ਸ਼ਰਾਬੀ ਸੀ ਰਾਜਗੁਰੂ ਕਿਹੋ ਜਿਹਾ ਸੀ ਸੁਖਦੇਵ ਕਿਵੇਂ ਭੇਸ ਬਦਲ ਕੇ ਚਲਿਆ ਜਾਂਦਾ ਸੀ ਕਦੇ ਚਾਦਰ ਪਾ ਲਾਉਂਦਾ ਸੀ ਕਦੇ ਪੌਣ ਪਾ ਲਾਉਂਦਾ ਸੀ ਕਦੇ ਭਗਵਾਨ ਬਣ ਜਾਂਦਾ ਸੀ ਸੋ ਉਹ ਵੀ ਸ਼ਰਾਰਤੀ ਸੀ ਸਾਡੇ ਨੂੰ ਉਹ ਵੀ ਫਿਲਮਾਂ ਦੇਖਦੇ ਸੀ ਜ਼ਿੰਦਗੀ ਨੂੰ ਬਹੁਤ ਫਾਂਸੀ ਬੰਦਾ ਉਹੀ ਇਨਕਲਾਬ ਬੰਦਾ ਉਹੀ ਚਾਹੂਗਾ ਲੜੂਗਾ ਉਹੀ ਜਿਹੜਾ ਜ਼ਿੰਦਗੀ ਨੂੰ ਪਿਆਰ ਕਰਦਾ ਸੋ ਜੇ ਜ਼ਿੰਦਗੀ ਨੂੰ ਪਿਆਰ ਕਰਦੇ ਸ਼ਰਾਰਤੀ ਵੀ ਤਾਂ ਹੋਣਗੇ ਭਗਤ ਸਿੰਘ ਸਭ ਤੋਂ ਵੱਡੇ ਸ਼ਰਾਰਤੀ ਸੀਗੇ ਠੀਕ ਹੈ ਸੋ ਜ਼ਿੰਦਗੀ ਨੂੰ ਪਿਆਰ ਕਰੋ ਭਾਈ ਸਾਡੇ ਸਾਰਿਆਂ ਦੀ ਸ਼ੁਭ ਇੱਛਾ ਤੁਸੀਂ ਕਹਿੰਦੇ ਉਹਦੇ ਬਣੀ ਦੀ ਲੈਕਚਰ ਜਾਂ ਦੇਈ ਜਾਂਦਾ ਹੈ ਸੀਰੀਅਸ ਜਾਂਦੇ ਥੈਂਕ ਯੂ ਡਾਰਲਿੰਗ ਥੈਂਕ ਯੂ ਹੁਣ ਤੱਕ ਫਿਲਮਾਂ ਜੀ ਥੋੜਾ ਡਾਇਲੋਗ